ਸਦਾ ਜੀਓ ਜੀ ਇਤਨੇ ਅਦਾਰ ਮਾਤਮੇ ਖੜੇ ਹੋ ਆਓ ਰਲ ਕੇ ਅੱਜ ਸਤਾਵੀ ਮੁਹਰਮ ਦੀ ਦੀਗਰ ਠੰਡੀ ਪਈ ਹੈ ਅੱਜ ਸੱਤਵਾਂ ਦਿਹਾੜ ਹੈ ਅਲੀ ਦੀ ਪਰਦਾਦਾਰ ਦੀ ਬਾਜ਼ਾਰ ਸ਼ਾਮ ਵਿੱਚ ਵਾਲਾਂ ਦਾ ਬਰੁਕਾ ਬਣਾਈ ਵਧੀਏ ਆਦਿ ਵਧੀਏ ਸਜਾਦ ਸਜਾਦ ਇਸੇ ਬਾਜ਼ਾਰ ਦੇ ਇੱਕ ਮੋੜ ਤੇ ਚਾਦਰ ਮਿਲ ਪੋਵੇ ਨਾ ਮੈਂ ਬਾਜ਼ਾਰ ਨਿਭਾ ਕੇ ਗੁਜ਼ਰ ਵੈਸਾ ਕੋਸ਼ਿਸ਼ ਕਰਿਆ ਹੈ ਜਿਤਨੇ ਅਦਾਦਾਰ ਮੇਰੀ ਆਵਾਜ਼ ਸੁਣਦੇ ਪਇਓ ਇਹ ਅਲੀ ਦੀ ਧੀ ਦੇ ਮੁਕਾਣੇ ਰਲ ਕੇ ਮੁਕਾਣੀ ਦੇਵੇਂ ਰੱਜ ਕੇ ਰੋਵੇਂ ਸਹੀ ਥੋੜਾ ਥੋੜਾ ਮਾਤਮੀ ਮੇਰੇ ਕਰੀਬ ਆ ਸੋ ਬਾਬਾ ਥੋੜੇ ਥੋੜੇ ਮੇਰੇ ਕਰੀਬ ਆ ਜਾਓ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਸਦਾ ਜੀਓ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਭਾਈ ਸਾਊਂਡ ਵਾਲੇ ਥੋੜਾ ਮਾਈਕ ਦਾ ਆਵਾਜ਼ ਦੇਵੇ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਸਦਾ ਜੀਓ ਸਦਾ ਯਾ ਹੁਸੈਨ 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 ਹੁਸੈਨ ਯਾ ਹੁਸੈਨ ਹੁਸੈਨ ਯਾ ਹੁਸੈਨ ਹੁਸੈਨ ਯਾ ਹੁਸੈਨ 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 ਯਾ ਹੁਸੈਨ ਹੁਸੈਨ ਯਾ ਹੁਸੈਨ ਹੁਸੈਨ ਯਾ ਹੁਸੈਨ ਹੁਸੈਨ ਯਾ 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 ਹੁਸੈਨ ਹੁਸੈਨ ਯਾ ਹੁਸੈਨ ਹੁਸੈਨ ਯਾ ਹੁਸੈਨ ਹੁਸੈਨ ਯਾ ਹੁਸੈਨ 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 ਯਾ ਹੁਸੈਨ ਹੁਸੈਨ ਯਾ ਹੁਸੈਨ ਹੁਸੈਨ ਯਾ ਹੁਸੈਨ ਹੁਸੈਨ ਯਾ ਲੁੱਟੀ ਗਈਆਂ ਅਲੀ ਦੀਆਂ ਧੀਆਂ ਜਿਨ੍ਹਾਂ ਬੰਦੇ ਹਾਇ ਕੀਤੀ ਤੁਹਾਡੀ ਹਾਇ ਦੀ ਕਸਮੇ ਬੜੀ ਵੱਡੀ ਪਰਦਾਦਾਰ ਆਈ ਅਲੀ ਬਾਦਸ਼ਾਹ ਦੀ ਧੀ ਬਾਜ਼ਾਰ ਸ਼ਾਮ ਦਸਾਵਾਂ ਸ਼ਾਮ ਗਰੀਬਾਂ ਢਲਦੀ ਦੀ ਗਿਰ ਅਲੀ ਦੀਆਂ ਧੀਆਂ ਦੇ ਨੁਕਸਾਨ ਚੁੱਕਿਓ ਹਰ ਮਿੰਬਰ ਤੇ ਰੋਂਦਾ ਹੀ ਵਧਾ ਤੇ ਬਾਬਾ ਜੀ ਤੁਹਾਡੀ ਰੋਂਦੀ ਅੱਖਾਂ ਦੀ ਕਸਮੇ ਇਹੋ ਕੋ ਜ਼ਿਆਦਾ ਵਧਾ ਹਾਏ ਬਉ ਕੀਤੇ ਉਮਤੀਆਂ ਕਰਬਲ ਵਿੱਚ ਨੁਕਸਾਨ ਅਲੀ ਧੀਆਂ ਦਾ ਹਾਏ ਹਾਏ ਨੁਕਸਾਨ ਬਉ ਕੀਤੇ ਹਾਏ 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 ਨੁਕਸਾਨ ਬਹੁ ਕੀ ਤੈ ਬੇੜੀਆਂ ਦੀ ਚਾਦਰ ਦੇਵਾ ਮੈਂ ਵੱਡੀ ਪਰਦਾਦਾਰਾ ਆਦਿ ਵਧੀਆ ਸਜਾਦ ਚਾਦਰ ਮਿਲ ਪੋਵੇ ਪਹਿਲਾ ਨੁਕਸਾਨ ਵੋ ਕੀਤਾ ਤੇਰਾ ਜ਼ਰਬਾ ਨਾਲ ਕਤਲ ਵੋ ਕੁਰਾਨ ਅਲੀ ਦੀਆਂ ਧੀਆਂ ਦਾ ਵੋ ਹਾਏ ਹਾਏ ਨੁਕਸਾਨ ਧੀਆਂ ਦਾ ਵੋ ਕੀਤਾ ਹਾਏ ਹਾਏ ਨੁਕਸਾਨ ਧੀਆਂ ਦਾ
کی تے نقصان بابا روند تے سے گل نہ ودے علی دیاں دھیاں لٹیاں گئی ہائے 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 پھر تیرا ضرب نال قتل او قرآن علی دی دھیاں دا وہ کیتا تیرا ضرب نال قتل او قرآن علی کتنے عزادار کھڑے ہو علی دی دھیاں دا دوجا نقصان پیا پڑنا ایک شمار نے اعلان کیتا ہن چادر لاڑیاں سوکھیاں ہیں ہائے کیوں کیتا اعلان اس نے کیوں کیتا او بازو کٹوا کے سم گیا ہے کون سم گیا ہے او نگران علی دی ادھیاں دا وہ بازو کٹوا کے سم گیا ہے وہ نگران علی دی دھیاں دا سدا جیو جوانی مانو جڑے علی دی دھی دے مان نو ود روندے ہو ایک شمار نے اعلان کیتا ہن چادر لانیاں ساکھیاں ہیں نا اج بھی لوگ آدھن شیعہ روندے نوں بابا ڈسائی ونجا اسا کیوں ودے رونے نقصان کیڑا ہویا آدھائی اکھو جا اسا نہ روندے او گل مک وندی ہائے دربار دی پیشی آئے والی ادی او ساڈ سب یارا کرو سر دما دما روند کیوں آئیں ڈٹا اس لایا سا آئے بی بی دا او بین کفن دو چھوڑ بھرا گئی او رو مڑا لیا پھلا این کوئی ویند ہے بازاراں وچ او جی میں شام چیان اللہ گواہ مر ونیا شام غریب آدھائے وین نپڑا رون دی کھڑیے منظر کیڑا بڑیا ہے او تو شام غریب لٹ پائے گئی سڑ خیمے گئے پردیسیاں دے آئے غریبی آئے غریب بابا جی وقت کیا ہویا میرے پاسے بیکے وقت کیا ہویا او وچ فوجا دے تقسیم تھیا کیا وہ سامان علی دی دھیاں دا
ਕੀਤੇ ਸਦਾ ਜੀ ਲਾਲ ਵਸਤਰ ਭਾਈ ਜਾਨ ਜਿਤਨੇ ਵਾਇਡ ਸੁਣਦੇ ਖੜੇ ਹੋ ਮਾਤਮੀ ਇਹ ਮਾਤਮੀ ਜਿਹੜੇ ਸਲਾਰ ਖੜੇ ਨੇ ਮਾਤਮੀ ਖੜੇ ਨੇ ਤੁਹਾਡੇ ਵਾਸਤੇ ਬਾਜ਼ਾਰ ਹੈ ਸ਼ਾਮ ਦਾ ਵਾਇਡ ਸੁਣੇ ਨਾ ਹੋਯੂ ਦਿਖਾ ਤਿਰਪਾ ਜਿਹੜੀ ਅਲੀ ਅਕਬਰ ਦੇ ਮਾਤਮੀ ਖੜੇ ਮੈਂ ਸਾਲ ਬਾਬਾ ਜੀ ਜਿਹੜੇ ਅਲੀ ਅਕਬਰ ਦੇ ਮਾਤਮੀ ਖੜੇ ਤੇ ਜਿਹੜੇ ਜਵਾਨ ਤੇ ਬਜ਼ੁਰਗ ਖੜੇ ਤੇ ਸਫ ਵਿੱਚ ਖੜੇ ਉਹਨਾਂ ਦੇ ਵਾਸਤੇ ਦੱਸਿਆ ਤੁਸੀਂ ਕਿਸ ਦੀ ਦੁਆ ਨਾਲ ਦੁਨੀਆਂ ਤੇ ਆਏ ਹੋ ਤੇ ਤੁਸੀਂ ਕਿਹੜੇ ਖੁਸ਼ ਨਸੀਬ ਹੋ ਹੁਸੈਨ ਬਾਦਸ਼ਾਹ ਦੀ ਜ਼ਖਮੀ ਅੰਮਾ ਤੁਹਾਡੇ ਵਾਸਤੇ ਝੋਲੀ ਜਾ ਕੇ ਦੁਆ ਕਰ ਗਈ ਜੋ ਮੇਰੇ ਹੁਸੈਨ ਨੂੰ ਰੋਵਣ ਵਾਲੇ ਦਸਾਵਾਂ ਤੁਹਾਡੀ ਸ਼ਾਨ ਕਿਆ ਹੈ ਕਿਆ ਕਿਆ ਬਤਾਉ ਲੋਗੋ ਮੈਂ ਸ਼ਾਨ ਮਾਤਮੀ ਕਾ ਜਿਹੜੇ ਮਾਤਮੀ ਖੜੇ ਲੋਕਰ ਮਾਤਮ ਮਾਤਮੀ ਕਾ ਹਾਏ ਹਾਏ ਕਿਆ ਕਿਆ ਬਤਾਉ ਲੋਗੋ ਮੈਂ ਸ਼ਾਨ ਬਤਾਉ ਲੋਗੋ ਮੈਂ ਸ਼ਾਨ ਮਾਤਮੀ ਸੁਣਾ 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 ਫਜ਼ਲ ਸਾਨੀ ਤੇ ਤਵੱਜੋ ਜਿਹੜੇ ਮਾਤਮੀ ਖੜੇ ਮੈਂ ਸ਼ਾਨ ਮਾਤਮੀ ਕਾ ਹਾਏ ਸਯਦਾ ਭੀ ਮਾਨਦੀ ਹੈ ਸਯਦਾ ਭੀ ਮਾਨਦੀ ਹੈ ਐਸਾਨ ਮਾਤਮੀ ਕਾ ਕਿਆ ਕਿਆ ਬਤਾਉ ਲੋਗੋ ਮੈਂ ਸ਼ਾਨ ਮਾਤਮੀ ਤੁਹਾਡਾ ਕੀ ਦਾ ਦੱਸਣਾ ਜਾਣਾ ਸੌ ਵਾਰ ਮਿਲੇ ਜ਼ਿੰਦਗੀ ਮੈਂ ਵਾਰ ਦੂੰ ਹੁਸੈਨ ਪਰ ਬਾਬਾ ਇਸ਼ਾਰਾ ਸਮਝਣਾ ਇੱਕੋ ਸੱਤਰ ਫਜ਼ਾਇਲ ਦੀ ਤੁਹਾਡੇ ਹਵਾਲੇ ਸੌ ਵਾਰ ਮਿਲੇ ਜ਼ਿੰਦਗੀ ਮੈਂ ਵਾਰ ਦੂੰ ਹੁਸੈਨ ਪਰ ਹਰ ਵਕਤ ਹੈ ਮਾ
لہ گیا حسین دا سونا پتر جڑی علی اکبر دے ماتمی کھڑے ہو کوئی سوکھ لتا ہے اکبر بی بیاں پتھراں دا ماتم شروع کیتا غریب کربلا پتر دے قاتلاں دے پاسے بابا جی ڈے دئی ودہا روندا ہی ودہا تے پتر دے قاتلاں دے پاسے دیکھیا دا ودائی شامیوں 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 میں جیندا پتر تے نہیں منگیا او میڈا قتال تھیا بچڑا دیو میرے پتر نو برسی بچڑا دیو میں جیدا پتر تا نہیں منگیا او میں لٹی آئی لاش دا بابا لاش درا دیو میں جی ہار چلے ہائے ہائے قتل تھیا بچڑا دیو میں جیندا پتر چلے منگیا میرا قتل تھیا بچڑا دیو میں جیندا پتر چلے منگیا میرا قتل تھیا بچڑا دیو میں جیندا سامنے پتر میرا تو سنے وچ تقسیم کیتا پتر تا نہیں منگیا میرا قتل تھیا بچڑا آخری وے میں جیدا پتر تا نہیں منگیا میرا قتل تھیا توجہ مظلوم کربلا پتر دے قاتل دے پاسے دیکھ کے وے پتر تا نہیں منگیا میرا قتل تھیا بچڑا دیو میں جیدا پتر تا نہیں منگیا میرا قتل تھیا بچڑا دیو میڈ لٹے آئے پتر دلاش توں بڑا پسند آئی درجات بلند ہوار میوا خان کلیری مرحوم میرے روحانی نے بہت سال پہلے پڑھیا جڈا لہ گیا نا بہنا دا مان عباس جڑے غالب شہنشاہ دے مرید کھڑے
ਬਿਰਾਦ ਖਾਲੀ ਗੱਲਾਂ ਮਾਂ ਦਾ ਦੇ ਕੇ ਅਲੀ ਦੀ ਪਰਦਾਦਾਰ ਦੀ ਦੋਵੇਂ ਹੱਥ ਸਰ ਤੇ ਰੱਖੇ ਬਾਬਾ ਜੀ ਦਰ ਖਿਆਮ ਤੇ ਖੜ ਕੇ ਰੋਂਦੀ ਖੜੀਏ ਤੇ ਵਹਿਣ ਕਰਕੇ ਆਦੀ ਖੜੀਏ ਬੈਣੀ ਦਾ ਮਾਣ ਅਬਾਸ ਬਿਰਾ ਵਸ ਲੱਗਦਾ ਈ ਤਾ ਜਲਦੀ ਆਦਿ ਖੜੀਏ ਜਲਦੀ ਆ ਰਾਜ ਕੇ ਮਾਤਮ ਕਰਿਆ ਹਾਏ ਗਿਆ ਹੈ ਭੈਣ ਦਾ ਦਿਲ ਖਬਰਾ ਵਸ ਲਗਦੇ ਤਾਂ ਚੱਲ ਦਿਆ ਗਿਆ ਹੈ ਭੈਣ ਦਾ ਦਿਲ ਖਬਰਾ ਅਸਰ ਦੇਲੇ ਅਧਾਰੀ ਖੁੱਲ ਪਈ ਦੀ ਮਜ਼ਲੂਮ ਹੁਸੈਨ ਦੀ ਰੁੱਲ ਗਈ ਅਸਰ ਦੇਲੇ ਅਧਾਰੀ ਖੁੱਲ ਪਈ ਦੀ ਮਜ਼ਲੂਮ ਹੁਸੈਨ ਦੀ ਰੁੱਲ ਗਈ ਮਸਲਾ ਬਣ ਗਿਆ ਗੈਰਤ ਦਾ 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 ਦਰਜਾਤ ਬੁਲਾਉਂਦਾ ਬਾਬਾ ਕੀ ਬਾਬਾ ਜੀ ਹਾਜੀ ਮਕਬੂਲ ਹੁਸੈਨ ਡਿੱਕੂ ਦੇ ਰੋਵਣਾ ਲਿਆ ਰੇਡੋ ਪਾਕਿਸਤਾਨ ਤੇ ਸ਼ਾਮੇ ਗਰੀਬਾਂ ਦੀ ਮਹਿਲਸ ਪੜਦੇ ਹਨ ਮੇਰਾ ਬਚਪਨ ਰੋਵਣਾ ਲਿਆ ਇਹਨਾਂ ਗੱਲਾਂ ਨਾਲ ਸੁਣਿਆ ਉਹਨਾਂ ਆਖਿਆ ਸ਼ਾਮੇ ਗਰੀਬ ਗਰੀਬ ਵਾਲੀ ਸ਼ਾ ਰੋਵਣਾ ਲਿਆ ਰੋ ਨ ਰੋਆ ਦੇ ਅੰਤਲਵਾਰਾਂ ਨਯਾ ਵਿੱਚ ਪੈ ਗਈਆਂ ਨੇ ਦੇ ਰੇਤ ਚ ਲੈ ਗਏ ਰੋਵਣਾ ਲਿਆ ਉਹਦੇ ਕਾਤਿਲ ਸ਼ਰਾਬ ਪੀਵਣ ਲੱਗ ਪਏ ਨੱਚਣ ਲੱਗ ਪਏ ਇਹਦੀ ਅਲੀ ਦੀਦੀ ਵਾਲਾ ਦਾ ਬੁਰਕਾ ਬਣਾਈ ਖੜੀਏ ਤੇ ਰੋ ਕੇ ਵਹਿਣ ਕਰਕੇ ਆਦੀ ਗਾਜ਼ੀ ਕਾਤਿਲ ਜਸ਼ਨ ਮਨਾਉਂਦੇ ਪਏ ਲਾਸ਼ ਵੀਰ ਲੁੱਟਦੇ ਪਏ ਬਾਬਾ ਜੀ ਹੁਣ ਸਾਹਮਣੇ ਆਓ ਤੁਸੀਂ ਹੁਕਮ ਕੀਤਾ
ਤੁਹਾਡੇ ਹੁਕਮ ਦੀ ਤਮੀਲ ਕਰੇ ਨਾ। ਇਹ ਉਹ ਕਲਾਮ ਹੈ ਜਿਹੜਾ ਅਰਬੀ ਦੇ ਨਵਾ ਖਾਨ ਅਰਬੀ ਚ ਪੜਿਆ ਤੇ ਮੈਂ ਸਰੈਕੀ ਚ ਪਿਆ ਪੜਨਾ। ਸੱਤਵੇਂ ਕਫਨ ਤੋਂ ਬਾਅਦ ਰਤ ਰੋਣ ਵਾਲੇ ਦਾ ਕਫਨ ਦੇ ਬੰਦ ਖੁੱਲ ਗਏ। ਕਫਨ ਚ ਵੈਣ ਕਰਕੇ ਆਦਾ ਵਾਕਿਰ ਹੁਣ ਕਫਨ ਡੇਵਣ ਦੀ ਬਸ ਕਰ। ਜਿੱਦਾਂ ਕਫਨ ਡੇਵਣ ਦੇ ਪਾਰੋਂ ਰੋਕਿਆ ਨਾ ਤੇ ਬਾਕਿਰ ਮੌਲਾ ਵੈਣ ਕੀਤਾ, ਬਾਬਾ ਮੌਤ ਦੇ ਬਾਅਦ ਦੁੱਖ ਵਖ ਕਹਿੰਦੇ ਹੁਣ ਤੂੰ ਹੀ ਖੂਨ ਰੋਵਣ ਦੀ ਬਸ ਕਰ। ਜਦੋਂ ਆਖਿਆ ਨਾ ਖੂਨ ਰੋਕ ਹੁਣ ਤਵੱਜੋ ਮੇਰੇ ਪਾਸੇ ਕਰਨੀ ਹੈ, ਅੱਲਾ ਗਵਾਹ ਗਰੀਬੇ ਕਰਬਲਾ ਦੇ 40 ਸਾਲ ਖੂਨ ਰੋਵਣ ਵਾਲੇ ਪੁੱਤਰ ਦੇ ਕਫਨ ਦੇ ਬੰਦ ਖੁੱਲ ਗਏ। ਆਦਮ ਮੈਂ ਇੱਥੇ ਹੀ ਰਾਤ ਰੋਸਾਂ, ਮੈਂ ਦੁਨੀਆਂ ਤੇ ਰੁਨਾ ਤੇ ਮੈਂ ਕਬਰ ਚ ਰੋਸਾਂ ਤੇ ਰੋਜ਼ੇ ਮਾਸ਼ਰ ਹੀ ਰੋਸਾਂ। ਕਿਉਂ ਬਾਬਾ ਤੇਰੀ ਰਾਤ ਕਦਣ ਰੁਕੀ? ਕਫਨ ਚ ਵੈਣ ਕਰਕੇ ਆਦਾ ਬਾਕਰ ਮੈਂ ਕੁ ਉਜੜੀਆਂ ਮਾਵਾਂ ਦੇ ਦੁੱਖ ਭੁੱਲ ਸੰਸਾ ਵਾਲੇ ਰਤ ਰੁਕ ਸੀ ਓ ਬਾਕਰ ਸੁਣ ਕੇ ਬਾਬਾ ਸੁਣ ਕੇ ਦੁੱਖ ਭੁੱਲ ਜਿਹੜੇ ਮਨ ਜ਼ਰ ਹਨ ਮੇਰੀ ਅੱਖੀਆਂ ਵਿੱਚ ਹੋਏ ਸੰਤਾਂ ਵੱਲ ਰੱਤ ਰੁਕ ਸੀ ਬਾ ਕੇ ਬਾਕਰ ਮਚੂ ਜਿਹੜੀਆਂ ਮਾਵਾਂ ਦੇ ਦੁੱਖ ਫਲ ਸਲਸਾ ਬਲ ਆਖਰੀ ਵੈਣ ਤੇ ਦੁਆ ਬਾਕਰ ਮਚੂ ਜਿਹੜੀ ਰਾਤ ਰੋਂਦਾ ਹਾ ਦੁੱਖ ਫਲ ਬੜਾ ਬਾਕਰ ਸ਼ਾਮ ਨਹੀਂ ਭੁੱਲਦੀ। ਇੱਕ ਵਾਰੀ ਹਰ ਅਜ਼ਾਦਾਰ ਬਾਹੀ ਬੁਲੰਦ ਕਰੇ, ਇੱਕ ਵਾਰੀ ਹਰ ਅਜ਼ਾਦਾਰ ਬਾਹੀ ਬੁਲੰਦ ਕਰੋ, ਦੋਵੇਂ ਹੱਥ ਬੁਲੰਦ ਕਰੋ, ਇੱਕ ਵਾਰੀ ਦੋਵੇਂ ਹੱਥ ਬੁਲੰਦ ਕਰਕੇ ਆਖੋ ਹਾਏ ਸ਼ਾਮ ਹਾਏ ਸ਼ਾਮ ਹਾਏ ਸ਼ਾਮ। ਵਾਰੀ ਸ਼ਾਮ ਆਖਣ ਤੋਂ ਬਾਅਦ ਤੁਹਾਡੇ ਰਾਤ ਰੋਣ ਵਾਲੇ ਮੌਲਾ ਵੈਣ ਕਿਹੜਾ ਕੀਤਾ ਇਵੇਂ ਲੱਗਦੇ ਸ਼ਾਮ ਸਜੀ ਹੋਈ ਏ ਬਾਜ਼ਾਰ ਚ ਭੀੜ ਵਧੀ ਹੋਈ ਏ ਇਵੇਂ ਲੱਗਦੇ ਸ਼ਾਮ ਸਜੀ ਸੁਣ ਕੇ ਬਾਬਾ ਬਾਜ਼ਾਰ ਚ ਭੀੜ ਵਧੀ ਹੋਈ ਏ ਹੋ ਜਿਹੜੇ ਨਫਾਨੂਸ ਜਲਾਏ ਗਏ ਜਿਹੜੇ ਨਫਾਨੂਸ ਜਲਾਏ ਗਏ ਹੋਇਓ ਬੁਝ ਸੰਤਾਂ ਵਾਲ ਰਤ ਰੁਕ ਸੀ ਬਾ ਕੇ ਮਾਲਿਕ ਅੱਲਾ ਬਾਨੀਆਂ ਦਾ ਖਰਚ ਖਰਚਾ ਆਪਣੀ ਬਾਰਗਾਹ ਕਬੂਲ ਤੇ ਮਕਬੂਲ ਫਰਮਾ। ਮਾਲਿਕ ਅੱਲਾ ਬਾਨੀਆਂ ਦੇ ਜਿਤਨੇ ਅਜ਼ਾਦਾਰ ਇਸ ਦੁਨੀਆ ਤੋਂ ਟੁਰ ਗਏ ਨੇ ਫੂੜੀ ਵਿਛਾਵਣ ਜ਼ਿਕਰ ਦਾ ਸਦਕਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ, ਉਹਨਾਂ ਨੂੰ ਜੰਨਤ ਉਲ ਫਿਰਦੌਸ ਸੇ ਜਗ੍ਹਾ ਤਾ ਫਰਮਾ, ਖਸੂਸਨ ਹਾਜੀ ਆਸ਼ਿਕ ਹੁਸੈਨ ਦੇ ਦਰਜਾਤ ਬੁਲੰਦ ਫਰਮਾ, ਜ਼ੌਜਾ ਮੁਹਤਰਮਾ ਹਾਜੀ ਆਸ਼ਿਕ ਹੁਸੈਨ ਦੇ ਦਰਜਾਤ ਬੁਲੰਦ ਫਰਮਾ। ਖਸੂਸੀ ਦੁਆ ਹੈ ਹਾਜੀ ਨਾਸਰ ਅਬਾਸ ਦੇ ਮਾਲਿਕ, ਮਜ਼ੀਦ ਕਰਵਟ ਕਰਵਟ ਜੰਨਤ ਉਲ ਫਿਰਦੌਸ ਸੇ ਜਗ੍ਹਾ ਤਾ ਫਰਮਾ, ਦਰਜਾਤ ਬੁਲੰਦ ਫਰਮਾ। ਖਸੂਸੀ ਦੁਆ ਹੈ ਜ਼ਿੰਦਗੀ ਖੈਰੀਅਤ ਔਰ ਸੇ ਸਲਾਮਤੀ ਵਾਸਤੇ ਹਾਜੀ ਮੁਹੰਮਦ ਹੁਰ ਹੁਸੈਨ ਵਲਦ ਵਹਾਬ ਨਾਸਿਰ, ਮੁਹੰਮਦ ਅਸ਼ਲ ਅਬਾਸ ਵਲਦ ਅਲੀ ਨਾਸਿਰ, ਨਦੀਮ ਅਬਾਸ ਕੇ ਲੀਏ ਔਲਾਦੇ। ਮਾਲਿਕ ਅੱਲਾ ਜਿਤਨੇ ਅਜ਼ਾਦਾਰ ਮਾਤਮੀ ਆਏ ਬਿਮਾਰ ਹਨ, ਬਿਮਾਰੇ ਕਰਬਲਾ ਦੀ ਬਿਮਾਰੀ ਦਾ ਵਾਸਤੇ ਉਹਨਾਂ ਨੂੰ ਘਰ ਵੰਜਣ ਤੋਂ ਪਹਿਲੇ ਮੁਕੰਮਲ ਸਿਹਤ ਕਾਮਲਾ ਅਜਲਾ ਤਾ ਫਰਮਾ। ਮਾਲਿਕ ਅੱਲਾ ਕੋਈ ਹਾਜਤ ਲੈ ਕੇ ਆਇਆ ਹਾਜਤ ਆਪਣੀ ਬਾਰਗਾਹ 'ਚ ਕਬੂਲ ਤੇ ਮਕਬੂਲ ਫਰਮਾ। ਮਾਲਿਕ ਅੱਲਾ ਜਿਨ੍ਹਾਂ ਝੋਲੀਆਂ 'ਚ ਅਜਾ ਤਾਈਂ ਔਲਾਦ ਨਹੀਂ ਉਹ ਝੋਲੀਆਂ ਸਿੱਕਦੀਆਂ ਅਗਲੇ ਸਾਲ ਤੋਂ ਪਹਿਲੇ ਉਸ ਝੋਲੀਏ 'ਚ ਮੌਲਾ ਦਾ ਮਾਤਮੀ ਅਤਾ ਫਰਮਾ। ਖਸੂਸਨ ਨਦੀਮ ਅਬਾਸ ਨੂੰ ਮਾਲਿਕ ਹਯਾਤੀ ਵਾਲਾ ਮਾਤਮੀ ਅਤਾ ਫਰਮਾ। ਮਾਲਿਕ ਅੱਲਾ ਜਿਤਨੇ ਅਜ਼ਾਦਾਰ ਮਾਤਮੀ ਇਸ ਜ਼ਿਕਰ ਇਸ ਜਲੂਸ ਨਾਲ ਰੂਹੇ ਰਵਾਂ ਹਨ, ਸੰਗਤ ਦਾ ਹਿੱਸਾ ਹਨ, ਮਾਲਿਕ ਅੱਲਾ ਉਹਨਾਂ ਦੀ ਤੋਫੀਕਾਤ 'ਚ ਇਜ਼ਾਫਾ ਫਰਮਾ, ਉਹਨਾਂ ਦੇ ਰਿਜ਼ਕ ਜਾਨ ਮਾਲ ਬਖਤ 'ਚ ਇਜ਼ਾਫਾ ਫਰਮਾ। ਮਾਲਿਕ ਅੱਲਾ ਭਾਈ ਬਾਬਾ ਅਖੀਲ ਨੂੰ ਮਾਲਿਕ ਸਿਹਤ ਸਲਾਮਤੀ ਮਜ਼ੀਦ ਅਤਾ ਫਰਮਾ। ਮਾਲਿਕ ਅੱਲਾ ਜਿਤਨੇ ਅਜ਼ਾਦਾਰ ਖੜੇ ਨੇ ਇਹਨਾਂ ਦੇ ਖਾਨਵਾਦਾ, ਮਾਲਿਕ ਅੱਲਾ ਉਹਨਾਂ ਦੇ ਘਰਾਂ ਦੇ ਉੱਤੇ ਆਪਣੀ ਕਰੋੜ ਹਾਂ ਰਹਿਮਤਾਂ ਦਾ ਨਜ਼ੂਲ ਅਤਾ ਫਰਮਾ। ਜਿਹੜੇ ਅਜ਼ਾਦਾਰ
ہزار ماتمی آج علی دیدیاں نو چوکاں بازاراں گلیاں چھ رومین آئیں مالک اللہ انہا زداراں دے بیڑے ہیں تے اپنا خصوصی کرم فرما مالک اللہ چیئرمین صاحب محمد عبداللہ عباس علی ناصر وہاب ناصر مالک اللہ انہوں نے صحت علی زندگی عطا فرما مالک اللہ اوکھا دور سارے آگ سوچا اوکھا دور نازک دور ہے اس وارث دے ہونے ہاں بے وارث ہیں مالک اللہ آئی دی اس ماتمداری دے صدقہ امام زمانہ دے ظہور تاجیل فرما صلوات اچھی آواز نال بولو